ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਪੂਲਾ ਭਾਈ ਤਾਰੂ ਸਿੰਘ ਦਾ। ਦੋਸਤੋ ਬਿਲਕੁਲ ਪਿੰਡ ਪੂਲੇ ਤੁਸੀਂ ਖਾਸ ਵਿਜ਼ਿਟ ਕਰਨੀ ਆ, ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਭਿੱਖੀਵਿੰਡ ਤੋਂ ਵੀ ਤਕਰੀਬਨ ਕੋਈ ਥੋੜ੍ਹੀ ਦੂਰੀ ਆ, ਕੋਈ 3 ਕੁ ਕਿਲੋਮੀਟਰ ਦੀ ਦੂਰੀ ਸਾਰੀ ਹੋਵੇਗੀ ਭਿੱਖੀਵਿੰਡ ਤੋਂ, ਅਤੇ ਖਰੜਾ ਦੋਸਤੋ ਬਿਲਕੁਲ ਅੱਗੇ ਚਲਾ ਜਾਂਦਾ, ਠੀਕ ਹੈ ਜੀ। ਅਤੇ ਕੋਈ 7 ਕੁ ਕਿਲੋਮੀਟਰ 6-7 ਕਿਲੋਮੀਟਰ ਦੀ ਸਾਰੀ ਦੂਰੀ ਆ ਜਿਹੜੀ ਦੋਸਤੋ ਅੱਗੇ ਖਾਲੜੇ ਦੀ ਆ। ਅਤੇ ਖਾਸ ਵਿਜ਼ਿਟ ਤੁਸੀਂ ਪੂਲੇ ਪਿੰਡ ਕਰਨੀ ਆ, ਬਿਲਕੁਲ ਘਰ ਦੇ ਮਾਲ ਦੇ ਵਿੱਚੋਂ ਦੋਸਤੋ, ਘਰੇਲੂ ਮਾਲ ਦੇ ਵਿੱਚੋਂ ਇੱਕ ਤੁਹਾਨੂੰ ਵੈੜ ਦਿਖਾ ਦਾਂਗੇ, ਗੱਭਣਾ ਵੈੜ। ਪੂਰੀ ਡਿਟੇਲ ਆਪਾਂ ਬਾਈ ਦੇ ਨਾਲ ਗੱਲਬਾਤ ਕਰ ਲਾਂਗੇ, ਪੂਰੀ ਇਨਫੋਰਮੇਸ਼ਨ ਲੈ ਲਾਂਗੇ ਇਸ ਵੈੜ ਦੇ ਰਿਗਾਰਡਿੰਗ। ਸੋ ਜਿਸ ਵੀਰ ਨੂੰ ਵੈੜ ਪਸੰਦ ਆਊਗੀ, ਤਸੱਲੀ ਆਪਦੀ ਤਿੱਪ ਕੇ ਕਰ ਲਿਓ, ਕਿਉਂਕਿ ਵੈੜ ਜਿਹੜੀ ਗੱਭਣ ਦਿਨ ਲੈਂਦੀ ਆ, ਪੁੱਛ ਲਾਂਗੇ ਕੀ ਡਿਟੇਲ ਹੋਊਗੀ। ਸੋ ਹਰ ਪਾਸਿਓਂ, ਹਰ ਐਂਗਲ ਤੋਂ, ਹਰ ਪੱਖ ਤੋਂ ਆਪਾਂ ਜਿਹੜੀ ਆ ਦੋਸਤੋ ਤੁਹਾਨੂੰ ਪੂਰੀ ਦਿਖਾ ਦਾਂਗੇ। ਸੋ ਜਿਸ ਵੀਰ ਨੂੰ ਪਸੰਦ ਆਊਗੀ, ਤਸੱਲੀ ਤੁਸੀਂ ਕਰਨੀ ਆ, ਠੀਕ ਹੈ ਜੀ। ਅਤੇ ਬਿਲਕੁਲ ਘਰੇਲੂ ਮਾਲ ਦੇ ਵਿੱਚੋਂ ਜਿਹੜੇ ਵੀਰ ਕਿਸੇ ਨੇ ਘਰ ਰੱਖਣ ਵਾਸਤੇ ਪਸ਼ੂ ਤੁਸੀਂ ਲੱਭ ਰਹੇ ਹੋ, ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ, ਠੀਕ ਹੈ ਜੀ। ਅੱਜ 12 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ, ਸਮਾਂ ਕੋਈ ਸ਼ਾਮ ਦੇ 2:30-3 ਵਜੇ ਦਾ, ਠੀਕ ਹੈ ਜੀ, ਦੁਪਹਿਰ ਦੇ। ਆਓ ਕਰਦੇ ਹਾਂ ਗੱਲਬਾਤ ਵੀਰ ਦੇ ਨਾਲ, ਪੁੱਛ ਲੈਂਦੇ ਹਾਂ ਕੀ ਡਿਟੇਲ ਅੱਜ ਇਸ ਵੈੜ ਦੀ, ਠੀਕ ਹੈ ਜੀ। ਸਭ ਤੋਂ ਪਹਿਲਾਂ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਠੀਕ ਠਾਕ ਭਾਅ ਜੀ? ਵਧੀਆ ਵਧੀਆ ਵੀ, ਤੁਸੀਂ ਸੁਣਾਓ? ਬਹੁਤ ਵਧੀਆ, ਬਹੁਤ ਵਧੀਆ। ਇੱਕ ਭਾਅ ਜੀ ਆਪਣਾ ਨਾਮ ਦੱਸ ਦਈਏ ਜੀ, ਭੈਣ ਭਰਾਵਾਂ ਨੂੰ। ਨਾਮ ਜਗਰੂਪ ਸਿੰਘ, ਪਿੰਡ ਪੂਲਾ, ਸ਼ਹੀਦ ਭਾਈ ਤਾਰੂ ਸਿੰਘ ਦਾ। ਹਾਂ ਠੀਕ ਹੈ। ਅੱਛਾ ਵੀਰ, ਜਗਰੂਪ ਨਾਲ ਲੱਗਦੇ ਪਿੰਡ ਹੋਰ ਕਿਹੜੇ ਕਿਹੜੇ ਆ ਆਪਣੇ ਕੋਈ ਇੱਥੇ? ਆਪਣੇ ਭਿੱਖੀਵਿੰਡ ਤੋਂ 3 ਕੁ ਕਿਲੋਮੀਟਰ ਦੀ ਦੂਰੀ 'ਤੇ ਆ। ਹਾਂ ਜੀ। ਅਤੇ ਨਾਲ ਹੀ ਆਪਣੇ ਪਹੁਵਿੰਡ ਸਾਹਿਬ ਆ। ਹਾਂ ਜੀ। ਬਾਬਾ ਦੀਪ ਸਿੰਘ ਜੀ ਦਾ। ਹਾਂ ਜੀ ਬਿਲਕੁਲ। ਅਤੇ ਗੁਰਦੁਆਰਾ ਆਪਣੇ ਸ਼ਹੀਦ ਭਾਈ ਤਾਰੂ ਸਿੰਘ ਦਾ ਲਾਗੇ ਹੀ ਪੈ ਜਾਂਦਾ, ਇੱਥੋਂ 1 ਕਿਲੋਮੀਟਰ ਦੀ ਦੂਰੀ 'ਤੇ ਸ਼ਹੀਦ ਭਾਈ ਤਾਰੂ ਸਿੰਘ ਦਾ ਗੁਰਦੁਆਰਾ। ਕਾਫੀ ਮਸ਼ਹੂਰ ਪਿੰਡ ਆ ਪੂਲਾ। ਕਾਫੀ, ਅਜੀਤ ਸਿੰਘ ਪੂਲਾ ਬੜਾ ਮਸ਼ਹੂਰ ਹੁੰਦਾ ਸੀਗਾ, ਪਰ ਅਸੀਂ ਉਸ ਬੰਦੇ ਦਾ ਨਾਂ ਨਹੀਂ ਲੈਂਦੇ, ਅਸੀਂ ਸ਼ਹੀਦ ਭਾਈ ਤਾਰੂ ਸਿੰਘ ਦਾ ਨਾਂ ਲੈਂਦੇ ਹਾਂ, ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਬਿਲਕੁਲ ਜੀ, ਇਸ ਆਪਣੇ ਪੰਜਾਬ ਨੂੰ ਤੇ ਇਸ ਧਰਤੀ ਨੂੰ, ਇਸ ਧਰਤੀ ਨੂੰ। ਹਾਂਜੀ, ਅਸੀਂ ਉਹਨਾਂ ਦਾ ਨਾਂ ਲੈਂਦੇ ਹਾਂ ਬਿਲਕੁਲ ਬਿਲਕੁਲ। ਤੇ ਭਾਈ ਤਾਰੂ ਸਿੰਘ ਦੋਸਤੋ ਬਹੁਤ ਵੱਡੇ ਦੇਣ ਆ, ਠੀਕ ਆ ਜੀ, ਤੇ ਬਹੁਤ ਇਤਿਹਾਸਿਕ ਧਰਤੀ ਆ, ਬਹੁਤ ਗੁਰੂਆਂ ਪੀਰਾਂ ਦੀ ਮਿਹਰ ਆ ਇਸ ਧਰਤੀ ਦੇ ਉੱਪਰ, ਠੀਕ ਆ। ਅਤੇ ਪਹੁਵਿੰਡ ਪਿੰਡ ਵੀ ਜਿਹੜਾ ਵੀਰ ਨੇ ਦੱਸਿਆ, ਵੀਰ ਜਗਰੂਪ ਨੇ, ਵੀ ਪਹੁਵਿੰਡ ਪਿੰਡ ਵੀ ਥੋੜ੍ਹੀ ਦੂਰੀ 'ਤੇ ਆ, ਠੀਕ ਹੈ ਜੀ। ਅਤੇ ਇਸ ਵੈੜ ਦੀ ਗੱਲਬਾਤ ਕਰਦੇ ਹਾਂ ਦੋਸਤੋ, ਜਿੱਦਾਂ ਕਿ ਮੈਂ ਇੱਕ ਵਾਰੀ ਮੋਟੇ ਤੌਰ 'ਤੇ ਤੁਹਾਨੂੰ ਦਿਖਾ ਦਾਂ, ਇੱਕ ਡੇਅਰੀ ਫਾਰਮਿੰਗ ਦਾ ਕੰਮ ਆ, ਠੀਕ ਹੈ ਜੀ, ਕਿਸੇ ਤਰ੍ਹਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਗਾ, ਡੇਅਰੀ ਫਾਰਮਿੰਗ ਦਾ ਕੰਮ ਆ, ਡੇਅਰੀ ਦਾ ਕੰਮ ਆ ਦੋਸਤੋ। ਅਤੇ ਉਹਨਾਂ ਦੇ ਵਿੱਚੋਂ ਬਿਲਕੁਲ ਅੱਜ ਜਿਹੜੀ ਇਹ ਵੈੜ ਵੇਚ ਰਹੇ ਨੇ, ਤਿਆਰ ਪਰ ਤਿਆਰ ਆ ਦੋਸਤੋ, ਦਿਨ ਲੈਂਦੀ ਆ। ਅੱਛਾ ਵੀਰ ਜਗਰੂਪ, ਕਿੰਨੇ ਕੁ ਦਿਨ ਕੱਢੂਗੀ ਇਹ ਵੈੜ? ਇਹਦੇ 19 ਤਰੀਕ ਨੂੰ ਦਿਨ ਪੂਰੇ ਦੇ ਵਿੱਚ। 19 ਤਰੀਕ ਨੂੰ?18 ਲੀਟਰ ਦੀ ਜਿਹੜੀ ਆ ਮਿਲਕਿੰਗ ਹੋਈ ਆ ਇਸ ਵੈੜ ਦੀ, ਖੋਲ੍ਹ ਕੇ ਤੋੜ ਕੇ ਤੁਹਾਨੂੰ ਦਿਖਾਉਂਦੇ ਆਪਾਂ ਤਸੱਲੀ ਦੇ ਨਾਲ। ਹਾਈਟ ਕੱਦ ਵੱਡਾ ਹੈ ਪੂਰਾ, ਠੀਕ ਹੈ ਜੀ, ਫੁੱਲ ਵੱਡੀ ਹਾਈਟ ਦੀ ਆ। ਵਜ਼ਨ ਦੀ ਗੱਲ ਕਰ ਲਈਏ ਤਾਂ ਵਜ਼ਨ ਲੋਡ ਪੂਰਾ ਬੈੜ ਦਾ, ਉਹ ਇਕੱਲੀ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਵੀ ਦੋਸਤੋ ਵੀ ਛੋਟੀ ਜਿਹੀ ਬੈੜ ਆ ਤਾਂ ਵੱਡੀ ਆ, ਅਤੇ ਵੱਡੀ ਬੈੜ ਨੂੰ ਵੱਡੀ ਕਿਹਾ ਜਾਊਗਾ ਦੋਸਤੋ, ਵੱਡੀ ਆ ਕੱਦ ਬਹੁਤ, ਤੁਸੀਂ ਆਪ ਹੀ ਵੇਖ ਲਓ ਵੀ ਫੁੱਲ ਵੱਡੀ ਬੈੜ ਆ, ਠੀਕ ਆ। ਹਾਈਟ ਚੰਗੀ ਆ, ਗਰੋਥ ਚੰਗੀ ਆ ਦੋਸਤੋ, ਅਤੇ ਆਰਡਰ ਕੁਆਲਿਟੀ ਚੰਗੀ ਆ, ਹੈਵੀ ਬੋਡੀ ਵੇਟ ਆ, ਵਜ਼ਨਦਾਰ ਫੁੱਲ ਵੱਟਾ ਫੁੱਲ ਆ। ਲਓ ਜੀ, ਬਾਕੀ ਹਜੇ ਦਿਨ ਲੈਂਦੀ ਆ ਦੋਸਤੋ, ਬਾਕੀ ਦਿਨ ਲੈਂਦੀ ਆ, ਆਈਡੀਆ ਤੁਸੀਂ ਆਪ ਲਾ ਲਿਓ ਵੀ ਜਿਵੇਂ ਦਿਨਾਂ ਦੇ ਹਿਸਾਬ ਨਾਲ ਪਸ਼ੂ ਬਿਲਕੁਲ ਬਣ ਕੇ ਤਿਆਰ ਹੋਊਗਾ। ਅਤੇ ਥਣ ਤੁਸੀਂ ਪੂਰੀ ਤਸੱਲੀ ਨਾਲ ਵੇਖ ਲਓ, ਗੈਪ ਅੰਤਰ
ਚੌਂ ਥਣਾਂ ਦਾ ਆਪਸੀ ਕਾਫੀ ਸੋਹਣਾ, ਕੋਈ ਚਾਰ ਚਾਰ ਇੰਚੀ, ਕੋਈ ਤਿੰਨ ਤਿੰਨ ਚਾਰ ਚਾਰ ਇੰਚੀ, ਅਤੇ ਜਿਹੜਾ ਦੋਸਤੋ ਵਿੱਥੀ ਅਤੇ ਥਣਾ ਆ ਲਓ। ਠੀਕ ਹੈ, ਬਾਕੀ ਠੰਡੀ ਢੇਰੀ ਆ, ਸੀਲ ਸੌ ਪੂਰੀ ਹੈ। ਲਓ ਜੀ, ਅਤੇ 18 ਲੀਟਰ ਦੀ ਵੀਰ ਨੇ ਦੱਸਤਾ ਜਗਰੂਪ ਨੇ ਵੀ 18 ਲੀਟਰ ਜਿਹੜੀ ਦੋਸਤੋ ਮਿਲਕਿੰਗ ਦੂਜੇ ਸੂਬੇ ਦੇ ਵਿੱਚ ਸੀ ਸੈਕਿੰਡ ਟਾਈਮਰ ਦੀ, ਇਸ ਵਾਰ ਤੀਜਾ ਸੂਬਾ ਸੋਹਣਾ। ਉਮੀਦ ਇਸ ਵਾਰ ਵੀ ਚਲੋ 18 ਨਹੀਂ ਅਤੇ 20 ਲੀਟਰ ਦੀ ਤੁਸੀਂ ਕਰ ਸਕਦੇ ਜੀ। ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਵੇਖੋ, ਬੈਕ ਸਾਈਡ ਨੂੰ ਵੀ ਉਨਾ ਬਣਾ ਕੇ ਤਿਆਰ ਕੀਤਾ ਅਤੇ ਫਰੰਟ ਤੋਂ ਤੁਸੀਂ ਦੇਖ ਹੀ ਸਕਦੇ ਹੋ ਆ ਦੇਖ, ਠੀਕ ਹੈ। ਬਾਕੀ ਥਣ ਵੀ ਪੂਰਾ ਮੁੱਠੀ ਹੱਥੀ ਚਵਾਈ ਬਿਲਕੁਲ ਜਿਹੜੀ ਆਪਾਂ ਕਰਦੇ ਰਹੇ ਹਾਂ ਜੀ। ਹਾਂਜੀ ਹਾਂਜੀ, ਪੂਰੀ ਹੱਥੀ ਚਵਾਈ ਕਰਦੇ ਰਹੇ ਹਾਂ, ਅਤੇ ਜਨਾਨੀ ਚੋਲੇ, ਬੱਚਾ ਚੋਲੇ, ਜਿਹੜਾ ਮਰਜ਼ੀ ਚੋਲੇ, ਜਿਹੜਾ ਮਰਜ਼ੀ ਥੱਲੇ ਬਹਿ ਜਾਵੇ ਕੋਈ ਚੱਕਰ ਹੀ। ਅਤੇ ਸੀਲ ਸੋ ਵੀ ਇੰਨੀ ਜ਼ਿਆਦਾ ਆ, ਜਿਤਨਾ ਮਰਜ਼ੀ ਥੱਲੇ ਬਹਿ ਕੇ ਜੋਵੇ ਕੋਈ ਚੱਕਰ ਹੀ। ਲਓ ਜੀ, ਬਾਕੀ ਥਣਾਂ ਦੀ ਪੂਰੀ ਫੁੱਲ ਗਰੰਟੀ ਆ, ਥਣਾਂ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਆ ਤਾਂ ਅਸੀਂ ਬੈਠੇ ਹਾਂ, ਪੂਰੀ ਫੁੱਲ ਗਰੰਟੀ ਆ, ਵੀ ਤਸੱਲੀ ਆ ਇੱਕ ਪੂਰੀ। ਹਾਂਜੀ ਠੀਕ ਆ। ਅਤੇ ਅੱਛਾ ਵੀਰ ਜੇ ਗਰੂਪ ਫਾਈਨਲੀ ਆਪਾਂ ਇਹ ਗੱਲ ਕਰ ਲਈਏ ਵੀ ਚਲੋ ਕੋਈ ਵਪਾਰ ਦੀ ਲੈਣ ਦੇ ਵਿੱਚ ਲੈ ਜੇ ਤਾਂ ਵੀ ਨਫਾ ਦਿੰਦੀ ਹੈ। ਜ਼ਰੂਰ ਜੀ, ਅੱਗੇ ਰੁੱਤ ਨੂੰ ਵੇਖਦੇ ਹੋਏ ਜ਼ਰੂਰ, ਅੱਗੇ ਠੰਡੀ ਰੁੱਤ ਆਉਣੀ ਆ। ਬਿਲਕੁਲ, ਇਹ ਠੰਡੀ ਰੁੱਤ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਵੀ 22-23 ਦੇ ਲਾਗੇ ਬੰਨੇ ਜਾਊਗੀ ਜਾਊਗੀ। ਅਤੇ ਹੁਣ ਮਤਲਬ ਕੀ ਮੁੱਲ ਕਿੰਦਾ ਕਰਾਂਗੇ, ਕੀ ਲੈਣ ਦੇ ਨਾਲ ਹੀ ਗੱਲ ਕੀ ਮੁੱਲ ਸੰਧੂ ਸਾਹਿਬ, ਇਹ ਤਾਂ ਜੋ ਮਰਜ਼ੀ ਆਪਾਂ 60 ਕਰ ਲਈਏ, 65 ਕਰ ਲਈਏ, 52,000 ਦੀ ਨੈੱਟ ਆਪਾਂ ਜਿਹੜੀ ਹੈਗੀ ਉਹ ਗਾਂ ਦੇ ਦੇਵਾਂਗੇ। ਹਾਂ ਨਾਲ ਹੀ ਗੱਲ ਹੀ ਆ। ਹਾਂਜੀ ਹਾਂ, ਨਾ ਜਿਹੜੀ 52,000 ਰੁਪਈਏ ਦੀ, 52,000 ਦੀ। ਹਾਂਜੀ ਠੀਕ ਆ। ਅਤੇ ਫੁੱਲ ਵੱਡੀ ਵਹਿੜ ਆ ਦੋਸਤੋ, ਬਹੁਤੇ ਥਾਵਾਂ ਤੋਂ ਤੁਸੀਂ ਟਰਾਈ ਮਾਰ ਸਕਦੇ ਜੀ, ਠੀਕ ਆ ਜੀ। ਐਡੇ ਕੱਦ ਬੋਤ ਵਾਲੀ ਵਹਿੜ ਆਪਾਂ ਇਹ ਵੀ ਆ ਕੇ ਦੇਖ ਲਿਓ, ਹੋਰ ਥਾਵਾਂ ਤੋਂ ਵੀ ਟਰਾਈ ਮਾਰ ਲਿਓ। ਅਤੇ 52,000 ਦੇ ਵੀਰ ਨੇ ਡਿਮਾਂਡ ਕੀਤੀ ਆ ਵੀ ਲੈਣ ਦੇ ਨਾਲ ਹੀ ਗੱਲ ਕੀਤੀ ਆ, ਵਿੱਚੋਂ ਕੋਈ ਛੋੜ ਛੱਪਾ ਕੋਈ ਮਾਣ ਤਾਣਾ ਜਿਹੜਾ ਦੋਸਤੋ ਮੌਕੇ 'ਤੇ ਹੋ ਜੂਗਾ, ਠੀਕ ਆ, ਥੋੜ੍ਹਾ ਬਹੁਤਾ ਕੋਈ ਰੱਸਾ ਛੜਾਈ ਇੱਧਰ ਉੱਧਰ, ਠੀਕ ਆ ਜੀ। ਅਤੇ ਬਾਕੀ ਆਹ ਵਹਿੜ ਆ, ਵਜਨ ਲੋੜ ਪੂਰਾ, ਹਾਈਟ ਕੱਦ ਦੀ ਫੁੱਲ ਬਟਾ ਫੁੱਲ ਵੱਡੀ ਆ, ਪੂਰਾ ਸਟੈਂਡਰਡ ਸਾਈਜ਼ ਆ, ਠੀਕ ਆ ਜੀ। ਅਤੇ ਥਣ ਚੱਡਾ ਇੱਕ ਵਾਰੀ ਤੁਹਾਨੂੰ ਥੋੜ੍ਹਾ ਜਿਹਾ ਫਿਰ ਦਿਖਾ ਦਿੰਦੇ ਹਾਂ, ਆਹ ਦੇਖੋ। ਅਤੇ ਜਗਰੂਪ ਵੀਰ ਜੀ ਇੱਕ ਨੰਬਰ ਆਪਣੇ ਜ਼ਰੂਰ ਦੇ ਦਈਏ, ਨੰਬਰ 9848-068-23। ਠੀਕ ਹੈ ਜੀ, ਠੀਕ ਹੈ। ਸੋ ਦੋਸਤੋ, ਇਹ ਨੰਬਰ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚੱਲਦੇ ਕਰਦੇ ਹਾਂ ਕਿ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੀ, ਓਨਰ ਦੇ ਨਾਲ ਗੱਲਬਾਤ ਕਰ ਸਕਦੇ ਜੀ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ।